ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਵਰਨ ਸਿੰਘ ਟੈਣਾ ਦੋਸਤੋ ਕਲਾ ਤੇ ਕਲਾਕਾਰ ਪ੍ਰੋਗਰਾਮ ਲੈ ਕੇ ਹਾਜ਼ਰਾਂ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਕਲਾ ਖੇਤਰ ਦੀਆਂ ਵੱਖ-ਵੱਖ ਸਿਨਫਾਂ ਵਿੱਚ ਯੋਗਦਾਨ ਪਾਉਣ ਵਾਲੇ ਫਨਕਾਰਾਂ ਨਾਲ ਗੱਲਬਾਤ ਕਰਦੇ ਹਾਂ ਪਰ ਕਦੇ-ਕਦੇ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਪੰਜਾਬੀ ਸਿਨੇਮਾ ਖੇਤਰ ਦੇ ਵਿੱਚ ਉੱਚੀਆਂ ਮੱਲਾਂ ਮਾਰਨ ਵਾਲੀਆਂ ਹਸਤੀਆਂ ਦੀ ਗੱਲਬਾਤ ਵੀ ਕਰਦੇ ਹਾਂ ਸਾਡੇ ਸਟੂਡੀਓ ਦੇ ਵਿੱਚ ਵੱਖ-ਵੱਖ ਫਿਲਮਾਂ ਦੇ ਨਾਲ ਜੁੜੇ ਹੋਏ ਕਲਾਕਾਰ ਆਪੜਦੇ ਨੇ 18 ਜੁਲਾਈ ਨੂੰ ਇੱਕ ਨਵੀਂ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਹਦਾ ਨਾਂ ਹੈ ਯਾਰਾਂ ਦਾ ਕੈਚਅਪ ਇਸ ਫਿਲਮ ਦੀ ਸਟਾਰ ਕਾਸਟ ਅੱਜ ਸਾਡੇ ਸਟੂਡੀਓ ਦੇ ਵਿੱਚ ਆਈ ਹੈ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੀ ਫਿਲਮ ਦੇ ਤਜਰਬੇ ਅਸੀਂ ਫਿਲਮ ਦੇ ਨਾਲ ਜੁੜੀਆਂ ਕੁਝ ਕੁ ਪਰਦੇ ਪਿਛਲੀਆਂ ਗੱਲਾਂ ਸਾਂਝੀਆਂ ਕਰਾਂਗੇ ਪੰਜਾਬੀ ਸਿਨੇਮਾ ਲਗਾਤਾਰ ਤਰੱਕੀ ਵੱਲ ਵਧ ਰਿਹਾ ਹੈ ਤੇ ਪੰਜਾਬੀ ਸਿਨੇਮੇ ਦੀ ਲਗਾਤਾਰਤਾ ਬਰਕਰਾਰ ਰੱਖਣ ਦੇ ਲਈ ਯਾਰਾਂ ਦਾ ਕੈਚਅਪ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਗੱਲਬਾਤ ਕਰਦੇ ਆ ਇਸ ਫਿਲਮ ਦੀ ਸਟਾਰ ਕਾਸਟ ਦੇ ਨਾਲ ਸਵਾਗਤ ਹੈ ਜੀ ਤੁਹਾਡਾ ਸਾਰੀ ਟੀਮ ਦਾ ਥੈਂਕ ਯੂ ਥੈਂਕ ਯੂ ਹਾਰਦੀ ਜੀ ਅਸੀਂ ਤੁਹਾਡੇ ਕੁਝ ਗੀਤ ਵੀ ਸੁਣੇ ਨੇ ਤੇ ਬੜੇ ਚੰਗੇ ਲੱਗੇ ਨੇ ਉਹ ਗੀਤ ਤੇ ਤੁਸੀਂ ਗਾਉਂਦਿਆਂ ਗਾਉਂਦਿਆਂ ਅਦਾਕਾਰੀ ਦੇ ਰੂਪ ਦੇ ਵਿੱਚ ਨਿਭਾਉਣ ਦੇ ਵੱਲ ਵੀ ਵਧੇ ਹੋ ਅਨਿਲ ਜਨੋਜਾ ਜੀ ਤੁਹਾਡਾ ਵੀ ਸਵਾਗਤ ਹੈ ਤੇ ਵਰਣ ਸ਼ਰਮਾ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਥੈਂਕ ਯੂ ਅਸੀਂ ਫਿਲਮ ਦੀਆਂ ਰਵਾਇਤੀ ਗੱਲਾਂ ਨਾਲ ਸ਼ੁਰੂਆਤ ਕਰਦੇ ਆ ਪੰਜਾਬੀ ਸਿਨੇਮਾ ਕਲਾਕਾਰਾਂ ਦੇ ਖੰਭਾਂ ਦੇ ਉੱਤੇ ਉੱਡ ਰਿਹਾ ਹੈ ਤੁਸੀਂ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਹੋ ਜਿਹੜੇ ਹੁਣ ਅਦਾਕਾਰੀ ਵੱਲ ਆਏ ਹੋ ਪਰ ਤੁਹਾਡੀ ਉਸ ਅਦਾਕਾਰੀ ਵੱਲ ਜਾਣ ਤੋਂ ਪਹਿਲਾਂ ਮੇਰਾ ਧਿਆਨ ਪਿਆ ਇੱਕਦਮ ਤੁਹਾਡੀ ਐਨਕ ਦੇ ਵੱਲ ਮੈਂ ਦੇਖਿਆ ਧਿਆਨ ਦੇ ਨਾਲ ਵੀ ਵਿੱਚ ਸ਼ੀਸ਼ੇ ਹੈ ਨਹੀਂ ਇਹ ਜਿੱਦਾਂ ਕੈਮਰਾ ਲਾਈਟ ਹੈਗੀ ਆ ਤੇ ਰਿਫਲੈਕਸ਼ਨ ਨਹੀਂ ਪਊਗੀ ਤੇ ਮੈਂ ਹੁਣੇ ਸ਼ੀਸ਼ੇ ਬਾਹਰ ਕੱਢ ਕੇ ਆ ਠੀਕ ਠੀਕ ਹੈ ਠੀਕ ਹੈ ਵੈਸੇ ਮੈਂ ਸੋਚਿਆ ਕਿ ਕਈ ਵਾਰੀ ਐਨਕ ਬਣਾਉਣ ਵਾਲਾ ਵੀ ਕਾਲੀ ਦੇ ਵਿੱਚ ਹੁੰਦਾ ਸ਼ੀਸ਼ੇ ਪਾਉਣੇ ਭੁੱਲ ਗਿਆ ਕਹਿੰਦੇ ਵੀ ਇੱਕ ਵਾਰੀ ਇੱਕ ਸੱਜਣ ਸਾਈਕਲ ਦੇ ਉੱਤੇ ਜਾਂਦਾ ਸੀ ਹੈਂਡਲ ਫੜਿਆ ਤੇ ਦੌੜਿਆ ਜਾਂਦਾ ਨਾਲ-ਨਾਲ ਉਹਨੂੰ ਕਿਸੇ ਨੇ ਪੁੱਛਿਆ ਵੀ ਸਾਈਕਲ ਦੇ ਉੱਤੇ ਚੜ ਜਾ ਕਹਿੰਦਾ ਟਾਈਮ ਹੀ ਹੈ ਨਹੀਂ ਬੈਣ ਦਾ ਜੀ ਤੁਸੀਂ ਇਸ ਫਿਲਮ ਦੇ ਵਿੱਚ ਆਏ ਹੋ ਪਹਿਲੀ ਵਾਰ ਜੀ ਤੁਹਾਨੂੰ ਗਾਉਣ ਤੋਂ ਲੈ ਕੇ ਹੁਣ ਤੱਕ ਅਦਾਕਾਰੀ ਕਰਨ ਤੱਕ ਦਾ ਕੀ ਹੋਇਆ ਤਜਰਬਾ ਰਿਹਾ ਇਹ ਤੁਹਾਡੀ ਪਹਿਲੀ ਫਿਲਮ ਹੈ ਜਦੋਂ ਗਾਉਣਾ ਸ਼ੁਰੂ ਕੀਤਾ ਜੀ ਤੇ ਹੁਣ ਗਾਣੇ ਦੇ ਵਿੱਚ ਕੀ ਹੁੰਦਾ ਫੀਲ ਹੁੰਦਾ ਬਹੁਤ ਜ਼ਿਆਦਾ ਅਸੀਂ ਫੀਲ ਵਰਡਸ ਨੂੰ ਕੀ ਗਾਇਕੀ ਹੈ ਕੀ ਹੈ ਕਿ ਆਪਾਂ ਵਰਡਸ ਨੂੰ ਫੀਲ ਕਰਕੇ ਲੋਕਰ ਤੱਕ ਪਹੁੰਚਾਉਣਾ ਕਿ ਜਿਹੜੀ ਲਾਈਨ ਆ ਉਹਦੇ ਵਿੱਚ ਕੀ ਫੀਲ ਹੈ ਉਦਾਂ ਹੀ ਐਕਟਿੰਗ ਸੇਮ ਹੈ ਜੋ ਜੋ ਡਾਇਲੌਗਸ ਨੇ ਉਹਦੇ ਵਿੱਚ ਕੀ ਫੀਲ ਹੈ ਉਹ ਤੁਹਾਡੀ ਪੂਰੀ ਬਾਡੀ ਉਦਾਂ ਰਿਐਕਟ ਕਰਦੀ ਹੈ ਸਹੀ ਹੈ ਐਜ਼ ਅ ਸਿੰਗਰ ਜੇ ਤੁਸੀਂ ਇੱਕ ਸਿੰਗਰ ਹੋ ਤੇ ਉਹਨੂੰ ਫੀਲਿੰਗ ਵਿੱਚ ਗਾ ਸਕਦੇ ਹੋ ਤਾਂ ਮੇਰੇ ਹਿਸਾਬ ਨਾਲ ਤੁਸੀਂ ਉਹਨੂੰ ਐਕਟ ਵੀ ਕਰ ਸਕਦੇ ਸਿਰਫ ਥੋੜਾ ਜਿਹਾ ਫਰਕ ਹੁੰਦਾ ਹੈ ਕਿ ਜਦੋਂ ਆਪਾਂ 뮤직 ਵੀਡੀਓਜ਼ 'ਚ ਕੰਮ ਕਰਦੇ ਹਾਂ ਤਾਂ ਉਹਦੇ ਵਿੱਚ ਸਿਰਫ ਤੁਸੀਂ ਐਕਟਿੰਗ ਕਰਦੇ ਹੋ ਸਿਰਫ ਲਿਪਸਿੰਗ ਕਰਦੇ ਹੋ ਇਹਦੇ ਵਿੱਚ ਡਾਇਲੋਗ ਡਿਲੀਵਰੀ ਹੁੰਦੀ ਹੈ ਸਿਰਫ ਇੰਨਾ ਫਰਕ ਹੁੰਦਾ ਜੀ ਤੇ ਬਹੁਤ ਵਧੀਆ ਡਾਇਰੈਕਟਰ ਬਹੁਤ ਵਧੀਆ ਨੇ ਨਾਲ ਕੋ-ਸਟਾਰਸ ਬਹੁਤ ਵਧੀਆ ਨੇ ਵਰਨ ਸ਼ਰਮਾ ਨਿਲ ਜਨੇਜਾ ਬੜੇ ਵੱਡੇ ਦਿਗਜ ਨੇ ਜਸਵਿੰਦਰ ਪੱਲਾ ਜੀ ਰਾਣਾ ਰਣਬੀਰ ਜੀ ਬੀ ਐਨ ਸ਼ਰਮਾ ਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਹਾ ਮੇਰਾ ਹਰਟ ਕੀ ਤੁਹਾਡਾ ਹੁਣੇ-ਹੁਣੇ ਗਾਣਾ ਇੱਕ ਮਕਬੂਲ ਹੋਇਆ ਸੀ ਕਿ ਇਹ ਗੱਲ ਤੇਰੀ ਸੋਚ ਤੋਂ ਭਰੀ ਅਸੀਂ ਚਾਹੁੰਦੇ ਹਾਂ ਕਿ ਇਸ ਫਿਲਮ ਨੂੰ ਸਫਲਤਾ ਮਿਲੇ ਤੁਹਾਡੀ ਸੋਚ ਤੋਂ ਪਰੇ ਵਾਲੀ ਤੇ ਇਹ ਜਿਹੜੀ ਤੁਹਾਡੀ ਫਿਲਮ ਹੈ ਇਹ ਤੁਹਾਨੂੰ ਕਈ ਤਰ੍ਹਾਂ ਦੇ ਤਜਰਬਿਆਂ ਦੇ ਵਿੱਚ ਲਿਖੜ ਕੇ ਲ ਗਈ ਹੋਊਗੀ ਤੁਹਾਨੂੰ ਇਹ ਫਿਲਮ ਕਿਵੇਂ ਮਿਲੀ ਤੇ ਇਸ ਫਿਲਮ ਦੇ ਵਿੱਚ ਕੰਮ ਕਰਦਿਆਂ ਤੁਹਾਡਾ ਕੀ ਹੋ ਜਾ ਤਜਰਬਾ ਰਿਹਾ ਜੀ ਇਹ ਫਿਲਮ ਮੈਨੂੰ ਯਾਦ ਹੈ ਮੈਂ ਮੂਵੀ ਮੂਵੀ ਦੇਖ ਰਿਹਾ ਸੀ ਇੱਕ ਤੇ ਮੈਨੂੰ ਫੋਨ ਆਇਆ ਮੇਰੇ ਫਰੈਂਡ ਦਾ ਜਿਹੜੇ ਸਾਡੇ ਪ੍ਰੋਡਿਊਸਰ ਤੇ ਕਾਮਨ ਫਰੈਂਡ ਸੀਗਾ ਉਸ ਤੋਂ ਪਹਿਲਾਂ ਵੀ ਮੈਨੂੰ ਮੂਵੀਜ਼ ਆਈਆਂ ਸੀਗੀਆਂ ਉਹ ਮੈਨੂੰ ਉਹਨੇ ਦੱਸਿਆ ਕਿ ਐਦਾਂ ਇੱਕ ਮੂਵੀ ਆ ਤੇ ਮੀਟਿੰਗ ਘਰਾਨੀ ਹੈ ਪ੍ਰੋਡਿਊਸਰ ਨਾਲ ਤੇ ਮੈਂ ਪ੍ਰੋਡਿਊਸਰ ਨੂੰ ਮਿਲਿਆ ਡਾਇਰੈਕਟਰ ਨੂੰ ਮਿਲਿਆ ਨਾਲ ਡਾਇਰੈਕਟਰ ਸੀਗੇ ਉਹਨਾਂ ਨੇ ਸਟੋਰੀ ਜਦੋਂ ਸਾਹਮਣੇ ਸਕ੍ਰਿਪਟ ਸੁਣਾਈ ਮੈਨੂੰ ਤਾਂ ਯਾਰੀ ਨੂੰ ਮੈਂ ਬਹੁਤ ਪ੍ਰੀਫਰੈਂਸ ਦਿੰਦਾ ਮੇਰਾ ਵੀ ਦੋਸਤ ਹੈ ਇੱਕ ਮੈਂ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਸਾਨੂੰ 16 ਸਾਲ ਇਕੱਠੇ ਹੋ ਗਏ ਬਹੁਤ ਪਿਆਰਾ ਹੈ ਸਾਡੇ ਤੇ ਯਾਰੀ ਨੂੰ ਬਹੁਤ ਪ੍ਰੀਫਰੈਂਸ ਦੇਣ ਕਰਕੇ ਮੈਂ ਸਕ੍ਰਿਪਟ ਬਹੁਤ ਵਧੀਆ ਲੱਗੀ ਓਵਰਆਲ ਜਿਹੜੀ ਸਕ੍ਰਿਪਟ ਹੈ ਬਹੁਤ ਵਧੀਆ ਲੱਗੀ ਮੈਂ ਤੇ ਐਦਾਂ ਫਿਰ ਮੈਂ ਫਿਲਮ ਸਾਈਨ ਕੀਤੀ ਹੈ ਫਿਲਮ ਮੈਂ ਸਾਈਨ ਸੋਚ ਕਰਨੇ ਤੋਂ ਪਹਿਲਾਂ ਦੀ ਕੀਤੀ ਹੋਈ ਸੀ ਜੀ ਤੇ ਸ਼ੂਟਿੰਗ ਦੌਰਾਨ ਸਿਰਫ ਪਹਿਲੇ ਇਹੋ ਜਿਹੇ ਦਿਨ ਸੀਗਾ ਜਦੋਂ ਥੋੜੀ ਬਹੁਤ ਹੀ ਨਰਵਸਨੈਸ ਸੀਗੀ ਪਰ ਹੌਲੀ ਹੌਲੀ ਸਾਰਾ ਕੁਝ ਬਹੁਤ ਨੈਚੁਰਲ ਹੁੰਦਾ ਗਿਆ ਹੈਲਪ ਕਰਦੇ ਰਹੇ ਨਾਲਦਿਆਂ ਨੇ ਬਹੁਤ ਹੈਲਪ ਕੀਤੀ ਜਦੋਂ ਫਿਲਮ ਅਸੀਂ ਸ਼ੂਟ ਕਰ ਰਹੇ ਸੀਗੇ ਨਾਲਦਿਆਂ ਨਾਲ ਬੌਂਡਿੰਗ ਐਦਾਂ ਦੀ ਹੋ ਗਈ ਸੀ ਜਿਵੇਂ ਬਹੁਤ ক্লোਜ਼ ਫਰੈਂਡਸ ਬਣ ਗਏ ਸੀ ਜੀ ਜੀ ক্লোਜ਼ ਫਰੈਂਡਸ ਬਣ ਜਉ ਤਾਂ ਸਾਰਾ ਕੁਝ ਨੈਚੁਰਲ ਹੋ ਬਿਲਕੁਲ ਸਹੀ ਜੀ ਜੀ ਜੁਨੇਜਾ ਸਾਹਿਬ ਤੁਹਾਡੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਮੁਲਾਕਾਤ ਤੋਂ ਕਿ ਇਹ ਤੁਹਾਡੀ ਪਹਿਲੀ ਫਿਲਮ ਹੈ ਜੀ ਇਸ ਪਹਿਲੀ ਫਿਲਮ ਦੌਰਾਨ ਤੁਹਾਨੂੰ ਕਈ ਤਰ੍ਹਾਂ ਦੇ ਚੰਗੇ ਮੰਦੇ ਮਿੱਠੇ ਸਲੂਨੇ ਤਜਰਬੇ ਵੀ ਹੋਏ ਹੋਣੇ ਆ ਅਸੀਂ ਚਾਹੁੰਦੇ ਹਾਂ ਕਿ ਯਾਰਾਂ ਦੀ ਯਾਰੀ ਦੀ ਗੱਲ ਤਾਂ ਹੀ ਫਿਲਮ ਕਰਦੀ ਹੈ ਪਰ ਇਸ ਯਾਰੀ ਦੇ ਨਾਲ ਨਾਲ ਹੋਰ ਕੀ ਕੀ ਚੱਲਿਆ ਹੈ ਸ਼ੂਟਿੰਗ ਦੌਰਾਨ ਉਹਦੇ ਬਾਬਤ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਬਿਲਕੁਲ ਜੀ ਯਾਰੀ ਤਾਂ ਚਲੋ ਤੁਸੀਂ ਗੱਲ ਕੀਤੀ ਹੈ ਵੀ ਠੀਕ ਹੈ ਚਲਦੀ ਰਹਿੰਦੀ ਹੈ ਉਹਦੇ ਨਾਲ ਨਾਲ ਫਿਲਮ ਦੇ ਵਿੱਚ ਐਂਟਰਟੇਨਮੈਂਟ ਵਾਸਤੇ ਹੋਰ ਬਹੁਤ ਕੁਝ ਹੈਗਾ ਜਿਵੇਂ ਮੈਂ ਜੇ ਗੱਲ ਕਰਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਐਕਸ਼ਨ ਹਮ ਐਕਸ਼ਨ ਬਹੁਤ ਕਮਾਲ ਦਾ ਇਹਦੇ ਵਿੱਚ ਤੇ ਡਿਊਰਿੰਗ ਸ਼ੂਟ ਵੀ ਮੈਂ ਤੁਹਾਨੂੰ ਅਗਰ ਦੱਸਾਂ ਤਾਂ ਸਾਰਾ ਜਿਹੜਾ ਸਾਰਾ ਐਕਸ਼ਨ ਹੈ ਉਹ ਸੀ ਕੀਤਾ ਸੀ ਦਸੰਬਰ ਦੇ ਮਹੀਨੇ ਚ ਅੱਛਾ ਜੀ ਉਹ ਵੀ ਤੁਸੀਂ ਲਗਾਓ ਕਿ ਐਂਡ ਆਫ ਦਿਸੰਬਰ ਜਦੋਂ ਪੂਰੀ ਜ਼ਬਰਦਸਤ ਠੰਡ ਪੈਂਦੀ ਹੈ ਤੁਹਾਨੂੰ ਪਤਾ ਹੈ ਪੰਜਾਬ ਠੰਡ ਚ ਆਹ ਕੜ ਐਕਸ਼ਨ ਆਕੜਨ ਵਾਲੀ ਹੀ ਗੱਲ ਹੋ ਗਈ ਸੀ ਜੀ ਤੁਸੀਂ ਲਗਾਓ ਕਿ ਅਸੀਂ ਰਾਤ ਨੂੰ 11 ਵਜੇ ਸ਼ੁਰੂ ਕੀਤਾ ਹੋਣਾ 10:30 11 ਵਜੇ ਸ਼ੂਟ ਸ਼ੁਰੂ ਕੀਤਾ ਤੇ ਸਵੇਰੇ 7:30 8 ਵਜੇ ਤੱਕ ਸਾਡਾ ਐਕਸ਼ਨ ਚੱਲਿਆ ਜੀ ਤੇ ਅਸੀਂ ਕਲੀਆਂ ਮੇਰੇ ਖਿਆਲ ਟੀ-ਸ਼ਰਟਾਂ ਪਾਈਆਂ ਹੋਈਆਂ ਸੀਗੀਆਂ ਅੱਛਾ ਜੀ ਤੇ ਮੇਰੇ ਤੋਂ ਉਹ ਵੀ ਨਹੀਂ ਪਾਈ ਸੀ ਅੱਛਾ ਤੇ ਠੰਡੇ ਪਾਣੀ ਦੇ ਵਿੱਚ ਬਾਰਿਸ਼ ਦਾ ਸੀਨ ਸੀਗਾ ਸੀ ਉਹ ਕੀਤਾ ਤੇ ਬਸ ਪੁੱਛੋ ਨਾ ਨਜ਼ਾਰਾ ਹੀ ਆ ਗਿਆ ਮਤਲਬ ਕਿ ਖਾਕ ਮੈਨੂੰ ਤਾਂ ਇਹ ਗੱਲ ਸੁਣ ਕੇ ਇਸ ਗਰਮੀ ਦੇ ਦਿਨ ਚ ਵੀ ਕੰਪਨੀ ਚ ਲੱਗਣੀ ਆ ਜੀ ਤਾਂ ਇਸ ਤਰ੍ਹਾਂ ਦੇ ਕਈ ਮੇਰੇ ਵਾਸਤੇ ਕਿਉਂਕਿ ਮੇਰੀ ਪਹਿਲੀ ਫਿਲਮ ਸੀ ਬੜੇ ਡਿਫਰੈਂਟ ਡਿਫਰੈਂਟ ਐਕਸਪੀਰੀਅੰਸ ਹੋਏ ਮੇਰੇ ਨਾਲ ਜਿਵੇਂ ਵਰੁਣ ਨੇ ਦੱਸਿਆ ਕਿ ਪੰਜਾਬੀ ਮੇਰੀ ਵੀ ਥੋੜੀ ਜੀ ਅਰਬਨ ਹੈ ਹੂੰ ਤੇ ਪੱਲਾ ਸਾਹਿਬ ਦੇ ਨਾਲ ਕੰਮ ਕਰਕੇ ਬੀਨ ਸ਼ਰਮਾ ਜੀ ਰਾਣਾ ਜੀ ਟੰਡਨ ਜੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਚਲੋ ਇਹਨਾਂ ਦਾ ਸੀ ਨਾ ਪੰਜਾਬੀ ਵੀ ਸੁਧਾਰੀਏ ਉਹ ਮਜ਼ਾਕ ਕਰਦੇ ਹੁੰਦੇ ਸੀ ਕਦੀ ਕਦੀ ਕਹਿੰਦੇ ਹੁੰਦੇ ਸੀ ਚਲੋ ਸ਼ੂਟਿੰਗ ਦੇ ਵਿੱਚ ਤੁਸੀਂ ਹੋਰ ਚੀਜ਼ਾਂ ਦਾ ਸਿੱਖੋਗੇ ਸਿੱਖੋਗੇ ਨਾਲ ਦੀ ਨਾਲ ਮੈਂ ਤੁਹਾਡੀਆਂ ਸਿਆਰੀਆਂ ਵਿਹਾਰੀਆਂ ਵੀ ਸਿੱਧੀਆਂ ਕਰ ਦੂੰਗਾ ਤੁਹਾਡੀ ਵਿਆਕਰਨ ਸ਼ੁੱਧ ਕਰ ਦਿੰਦਾ ਸੋ ਬਿਲਕੁਲ ਉਹ ਸਾਰੇ ਐਕਸਪੀਰੀਅੰਸ ਹੋਏ ਪਰ ਕੁਲ ਮਿਲਾ ਕੇ ਮੈਂ ਕਹੂੰਗਾ ਕਿ ਮਜ਼ਾ ਬਹੁਤ ਆਇਆ ਅੱਛਾ ਜੀ ਕਮਾਲ ਦਾ ਰਿਹਾ ਸਾਰਾ ਸਫਰ ਫਿਲਮ ਦਾ ਤੇ ਕਿਉਂਕਿ ਸਾਰੀ ਸਟਾਰ ਕਾਸਟ ਇੰਨੀ ਵਧੀਆ ਹੈ ਅਸੀਂ ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕੀਤਾ ਹੈ ਅੱਛਾ ਜੀ ਜੇ ਹੁਣ ਮੈਂ ਤੁਹਾਨੂੰ ਜੇ ਇੱਕ ਗੱਲ ਦੱਸ ਰਿਹਾ ਸੀਗਾ ਵੀ ਬਾਰਿਸ਼ ਦੇ ਵਿੱਚ ਸਾਰਾ ਸੀਕੁਐਂਸ ਸੀਗਾ ਬਹੁਤ ਠੰਡ ਸੀਗੀ ਦਸੰਬਰ ਦੇ ਵਿੱਚ 1 ਡਿਗਰੀ ਟੈਂਪਰੇਚਰ ਹੈ ਪਰ ਉਹਨੂੰ ਵੀ ਜੇ ਮੈਂ ਕਹਾਂ ਸਾਡੇ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਭੱਜੇ ਆਉਂਦੇ ਸੀ ਇੱਕ ਸ਼ੂਟ ਅਸੀਂ ਦਿੱਤਾ ਫਟਾਫਟ ਕੰਬਲ ਲੈ ਕੇ ਆ ਜਾਣਗੇ ਫਟਾਫਟ ਸਾਨੂੰ ਕੰਬਲ ਦੇ ਵਿੱਚ ਲਪੇਟ ਦਿੰਦੇ ਸੀ ਤੇ ਇੰਨਾ ਪਿਆਰ ਮਿਲਿਆ ਇੰਨੇ ਅچھے ਲੋਕ ਮਿਲੇ ਤਾਂ ਮਜ਼ਾ ਹੀ ਆ ਗਿਆ ਫਿਲਮ ਕਰਕੇ ਮੈਨੂੰ ਤਾਂ ਲੱਗੇ ਹੀ ਨਹੀਂ ਵੀ ਮਜ਼ਾਕ-ਮਜ਼ਾਕ ਦੀ ਸਾਰੀ ਫਿਲਮ ਪੂਰੀ ਹੋ ਗਈ ਕੰਮ ਵੀ ਹੋ ਗਿਆ ਤੇ ਫਿਲਮ ਵੀ ਬਣ ਗਈ ਠੰਡ ਦੇ ਵਿੱਚ ਤੁਹਾਡੇ ਜੋਸ਼ ਦੀ ਗਰਮੀ ਦੇ ਨਾਲ ਭਰਪੂਰ ਫਿਲਮ ਹੈ ਬਿਲਕੁਲ ਜੀ ਵਰਨ ਜੀ ਤੁਹਾਡੇ ਵਾਲ ਆਉਂਦੇ ਆ ਤੇ ਤੁਸੀਂ ਹੁਣ ਤੱਕ ਕਈ ਪੰਜਾਬੀ ਤੇ ਹਿੰਦੀ ਫਿਲਮਾਂ ਕੀਤੀਆਂ ਨੇ ਤੇ ਬੜੀ ਵਧੀਆ ਗੱਲ ਹੈ ਤੁਹਾਡੀ ਪਿੱਛੇ ਜਾਏ ਇੱਕ ਫਿਲਮ ਫੁਕਰੇ ਦੇਖੀ ਸੀ ਅਸੀਂ ਤੇ ਸਾਨੂੰ ਬੜੀ ਚੰਗੀ ਲੱਗੀ ਸੀ ਉਹ ਤੁਹਾਡਾ ਰੋਲ ਸੀ ਜਿਹੜਾ ਉਹ ਬੜਾ ਦਮਦਾਰ ਹੈ ਹੁਣ ਤੁਸੀਂ ਆਏ ਹੋ ਯਾਰਾਂ ਦਾ ਕੈਚਪ ਫਿਲਮ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਇਸ ਫਿਲਮ ਦੇ ਵਿੱਚ ਦਰਸ਼ਕਾਂ ਦੇ ਲਈ ਤੁਹਾਡੇ ਨਜ਼ਰੀਏ ਦੇ ਮੁਤਾਬਕ ਕੀ ਕੀ ਚੀਜ਼ ਦੀ ਪੇਸ਼ਕਾਰੀ ਕੀਤੀ ਗਈ ਹੈ ਆਈ ਥਿੰਕ ਸਭ ਤੋਂ ਪਹਿਲਾਂ ਜੀ ਇਹ ਮੇਰੀ ਪਹਿਲੀ ਪੰਜਾਬੀ ਫਿਲਮ ਆ ਅੱਛਾ ਜੀ ਇਸ ਤੋਂ ਪਹਿਲਾਂ ਮੈਂ ਜਿਹੜੀ ਹਿੰਦੀ ਕੀਤੀ ਸੀ ਮੈਂ ਸ਼ੁਰੂਆਤ ਆਪਣੇ ਕੈਰੀਅਰ ਦੀ ਇੱਕ ਫਿਲਮ ਫੁਕਰੇ ਨਾਲ ਹੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਇੱਕ ਫਿਲਮ ਆ ਸੀਗੀ ਵਾਰਨਿੰਗ ਆ ਮੇਰੀ ਤੀਜੀ ਫਿਲਮ ਆ ਮੇਰਾ ਮੈਂ ਆ ਪੰਜਾਬ ਤੋਂ ਮੈਂ ਆਬ ਜਲੰਧਰ ਤੋਂ ਆ ਤੇ ਮੇਰਾ ਹਮੇਸ਼ਾ ਤੋਂ ਮਨ ਸੀਗਾ ਕਿ ਮੈਂ ਨਾ ਪੰਜਾਬੀ ਚ ਫਿਲਮ ਕਰਾਂ ਕਿਉਂਕਿ ਆਪਣਾ ਜਿੱਦਾਂ ਆਪਾਂ ਨਾਰਮਲ ਜ਼ਿੰਦਗੀ ਜਿੱਮੇ ਜਦੋਂ ਮੇਰੀ ਸਕੂਲਿੰਗ ਵੇਰੇ ਹੁੰਦੀ ਸੀਗੀ ਆਪਾਂ ਜਿਹੜੀ ਗੇੜੀਆਂ ਮਾਰਦੇ ਸੀਗੇ ਫਲਾਨਾ ਦਮਕਨ ਜਿਹੜੀ ਵੀ ਚੀਜ਼ਾਂ ਕਰਦੇ ਸੀਗੇ ਆਪਣੇ ਹਾਰਡਵਰ ਪੰਜਾਬੀ ਯਾਰ ਦਾ ਸੁਣਦੇ ਸੀਗੇ ਈਵਨ ਜਿਹੜਾ ਆਪਾਂ ਫੁਕਰੇ ਚ ਵੀ ਕਾਫੀ ਕੁਝ ਕੀਤਾ ਸੀਗਾ ਫਿਲਮ ਚ ਵੀ ਉਹ ਵੀ ਬਹੁਤ ਡੇਲੀ ਬੈਕਗ੍ਰਾਉਂਡ ਰੱਖ ਕੇ ਆ ਪੰਜਾਬ ਬੈਕਗ੍ਰਾਉਂਡ ਰੱਖ ਕੇ ਉਹ ਸਾਰੀ ਚੀਜ਼ਾਂ ਕਰੀ ਸੀਗੀ ਤਫਕਰੇ ਤੋਂ ਬਾਅਦ ਜਦੋਂ ਮੈਨੂੰ ਇਹ ਯਾਰਾ ਦਾ ਕੈਚ ਜਿਹੜੀ ਨਰੇਸ਼ਨ ਮਿਲੀ ਸੀ ਮੈਨੂੰ ਬਹੁਤ ਵਧੀਆ ਲੱਗੀ ਸੀ ਤੇ ਨਾਲੇ ਜਿਹੜਾ ਇਹਦਾ ਟੈਕਨੀਕਲ ਕਰੂ ਹੈਗਾ ਤੇ ਜਿਹੜੀ ਦਾ ਜਿੱਦਾਂ ਦੀ ਇਹ ਸਕ੍ਰਿਪਟ ਸੀਗੀ ਤੇ ਜਿੱਦਾਂ ਦੀ ਇਹਦਾ ਦੀ ਇਹ ਲొਕੇਸ਼ਨਸ ਬਾਕੀ ਹੋਰ ਐਸਪੈਕਟਸ ਸੀਗੇ ਉਹ ਬਹੁਤ ਹੀ ਜ਼ਿਆਦਾ ਐਡਵਾਂਸਡ ਐਂਡ ਅਰਬਨਾਈਜ਼ਡ ਸੀਗੇ ਐਂਡ ਮੈਨੂੰ ਲੱਗਦਾ ਹੈ ਕਿ ਉਹ ਆਲਮੋਸਟ ਐਟ ਪਾਰ ਵਿਦ ਜਿਹੜਾ ਆਪਾਂ ਹਿੰਦੀ ਫਿਲਮਾਂ ਜਦ ਜਿੱਦਾਂ ਬਣਾਉਂਦੇ ਆ ਉਦਾਂ ਦੀ ਸੀਗੀ ਇਹਦੇ ਰੱਬ ਦੀ ਮਿਹਰ ਰਹੀ ਹੈ ਜੀ ਕਿ ਚੂਚਾ ਜਿਹੜਾ ਮੇਰਾ ਕੈਰੈਕਟਰ ਸੀਗਾ ਫੁਕਰੇ ਚ ਉਹਨੂੰ ਮੈਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਦਾ ਸਭ ਕੁਝ ਫਤੇ ਕਿੰਗ ਜਿਹੜਾ ਮੇਰਾ ਕੈਰੈਕਟਰ ਹੈਗਾ ਯਾਰਾ ਦੇ ਕੈਚ-ਅਪ ਦੇ ਵਿੱਚ ਬਹੁਤ ਹੀ ਸਵੀਟ ਜਿਹਾ ਬੰਦਾ ਹੈ ਇਹਨੂੰ 100 ਕੁੜੀਆਂ ਨੇ ਰਿਜੈਕਟ ਕੀਤਾ ਉਹਨਾਂ ਨੇ ਜਦੋਂ ਵੀ ਕਿਸੇ ਜਾਂਦਾ ਕਿਸੇ ਕੁੜੀ ਨਾਲ ਪ੍ਰੋਪੋਜ਼ਰ ਲੈ ਕੇ ਜਾਂਦਾ ਉਹਨੂੰ ਰਿਜੈਕਟ ਹੀ ਕਰਦੀ ਹੈ ਲੇਕਿਨ ਪਤਾ ਨਹੀਂ ਕਿੱਦਾਂ ਸਭ ਤੋਂ ਖੂਬਸੂਰਤ ਕੁੜੀ ਦੁਨੀਆਂ 'ਚ ਮਤਲਬ ਜਿਹੜੀ ਐ ਸੋਚ ਵੀ ਨਹੀਂ ਸਕਦਾ ਉਹਦੇ ਨਾਲ ਇਹਨੂੰ ਪਿਆਰ ਹੋ ਜਾਂਦਾ ਤੇ ਉਹ ਕੁੜੀ ਨੂੰ ਰਿਸਪੌਂਡ ਬੈਕ ਕਰ ਦਿੰਦੀ ਹੈ ਬਿਨਾਂ ਮੰਗੇ ਮੋਤੀ ਮੇਲੇ ਮੰਗੇ ਮਿਲੇ ਨਾ ਬੀਖ ਬਿਲਕੁਲ 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 ਜੀ ਉਹੀ ਉਹੀ ਫਤੇਕਿੰਗ ਨਾਲ ਹਿਸਾਬ ਕਿਤਾਬ ਹੁੰਦਾ ਹੈ ਤੇ ਜੇ ਆਪਾਂ ਗੱਲ ਕਰੀਏ ਮੇਰੇ ਦੀ ਮੇਰੇ ਦੀ ਇਹ ਵੀਸ਼ ਰਹੂਗੀ ਕਿ ਜਿਹੜੀ ਆਪਣੇ ਜਿਹੜੇ ਦਰਸ਼ਕ ਹੈਗੇ ਉਹ ਫਿਲਮ ਦੇਖਣ ਤੇ ਇੰਜੋਏ ਕਰਨ ਤੇ ਜਿੱਦਾਂ ਮੈਨੂੰ ਹੁਣ ਮੈਂ ਸੜਕ ਤੇ ਜਾਂਦਾ ਲੋਕੀ ਮੈਨੂੰ ਚੂਚਾ ਬੁਲਾਉਂਦੇ ਆ ਹੁਣ ਇਸ ਤੋਂ ਬਾਅਦ ਫਤੇ ਕਿ ਫੱਟੂ ਬੁਲਾਨ ਤੇ ਉਹ ਚੀ ਮੇਰੀ ਆਈ ਥਿੰਕ ਜੀਤ ਹੋ ਜੂਗੀ ਪਰ ਬਹੁਤ ਹੀ ਸਿੰਪਲ ਜੀ ਸਟੋਰੀ ਹੈ ਐਂਡ ਹਰ ਇੱਕ ਹਰ ਇੱਕ ਹਰ ਇੱਕ ਕਹਾਣੀ ਦਾ ਆਪਣੀ ਦਿਲ ਹੁੰਦਾ ਹੈ ਤੇ ਆਈ ਥਿੰਕ ਯਾਰਾ ਦਾ ਕਿਚਾ ਜਿਹੜਾ ਦਿਲ ਉਹ ਵਾਲਾ ਹੀ ਸਟਰੋਂਗ ਹੈ ਬਿਲਕੁਲ ਤੇ ਬੜਾ ਤੇਜ਼ ਤੜਕਦਾ ਹੈ ਜੀ ਚਲੋ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਤੁਹਾਡੀ ਪਹਿਲਾਂ ਚੂਚਾ ਕਿਰਦਾਰ ਦੇ ਨਾਲ ਪਛਾਣ ਬਣੀ ਹੈ ਤੁਹਾਡੀ ਇਹ ਪਛਾਣ ਅੱਗੇ ਵਧੇ ਤੇ ਨਵੀਂ ਫਿਲਮ ਦੇ ਨਾਲ ਤੁਹਾਡੀ ਵੱਖਰੀ ਪਛਾਣ ਜੁੜੇ ਤੁਸੀਂ ਪਹਿਲਾਂ ਵੀ ਦੋ ਤਿੰਨ ਪੰਜਾਬੀ ਫਿਲਮਾਂ ਤਾਂ ਤੁਸੀਂ ਦੱਸਿਆ ਵੀ ਹੁਣ ਪਹਿਲੀ ਵਾਰ ਕਰ ਰਹੇ ਹੋ ਹਿੰਦੀ ਫਿਲਮਾਂ ਦੇ ਵੱਲ ਗਏ ਸੀ ਹਾਂਜੀ ਹਿੰਦੀ ਸਿਨੇਮੇ ਦੇ ਵਿੱਚ ਤੇ ਪੰਜਾਬੀ ਸਿਨੇਮੇ ਦੇ ਵਿੱਚ ਕਾਫੀ ਅੰਤਰ ਦੇਖਣ ਨੂੰ ਮਿਲਦਾ ਹੈ ਪੰਜਾਬੀ ਫਿਲਮਾਂ ਜਿਹੜੀ ਓਨੇ ਕ ਬਜਟ ਦੇ ਵਿੱਚ ਬਣ ਜਾਂਦੀ ਹੈ ਜਿੰਨੀ ਹਿੰਦੀ ਫਿਲਮ ਦੇ ਵਿੱਚ ਇੱਕ ਗਾਣਾ ਸ਼ੂਟ ਹੁੰਦਾ ਕੀ ਮਹਿਸੂਸ ਕਰਦੇ ਹੋ ਕਿ ਸਾਡਾ ਜਿਹੜਾ ਪੰਜਾਬੀ ਸਿਨੇਮਾ ਪੋਲੀਵੁੱਡ ਆ ਜਿਹੜਾ ਸਾਡਾ ਉਹ ਬੋਲੀਵੁੱਡ ਦੇ ਕਿੰਨਾ ਕ ਨੇੜੇ ਪਹੁੰਚਿਆ ਜਾਂ ਕਿੰਨੀ ਕ ਦੂਰੀ ਦੇ ਉੱਤੇ ਖੜਾ ਹਾਲੇ ਆਈ ਥਿੰਕ ਭਾਈ ਜੀ ਜਿਹੜੇ ਪਿਛਲੇ ਜੇ ਆਪਾਂ ਗੱਲ ਕਰੀ ਪਿਛਲੇ 5 ਤੋਂ 10 ਸਾਲ ਦੇ ਵਿੱਚ ਜਿਸ ਤਰੀਕੇ ਦੀ ਫਿਲਮਾਂ ਬਣਦੀਆਂ ਨੇ ਜਿਸ ਜਿਸ ਤਰੀਕੇ ਦੀ ਪੰਜਾਬੀ ਫਿਲਮਾਂ ਸ਼ੂਟ ਹੁੰਦੀਆਂ ਨੇ ਜਿੱਦਾਂ ਦੇ ਉਹਨਾਂ ਦੇ ਟੈਕਨੀਕਲ ਕਰ ਉਹਨਾਂ ਦਾ ਸੈਟਅਪ ਹੁੰਦਾ ਹੈ ਆਈ ਥਿੰਕ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਹੋ ਗਿਆ ਹੈ ਐ ਰੀਸੈਂਟ ਚੇਂਜ ਹੈ ਹੁਣੇ ਜਿਹੜੀ ਐਵੋਲੂਸ਼ਨ ਜੀ ਇਕਦਮ ਹੀ ਬੂਮ ਤੇ ਆਈ ਹੈ ਇਕਦਮ ਹੀ ਸਭ ਕੁਝ ਹੈ ਪਿਛਲੇ 10 ਸਾਲਾਂ ਚ ਹੋਇਆ ਉਸ ਤੋਂ ਪਹਿਲਾਂ ਆਪਾਂ ਨਹੀਂ ਸੋਚਦੇ ਸੀਗੇ ਕਿ ਮਤਲਬ ਇਨੀ ਅਰਬਨਾਈਜ਼ਡ ਕਰਕੇ ਸਭ ਕੁਝ ਲਾਈਕ ਹੁਣ ਆਪਾਂ ਜੇ ਆਪਾਂ ਇੱਕ ਨਾਰਮਲ ਆਪਣੇ ਇੱਕ ਪਿੰਡ ਦੀ ਕਹਾਣੀ ਵੀ ਦਿਖਾਣੀ ਆ ਤੇ ਉਹ ਸ਼ੂਟ ਇੰਨੀ ਬਿਊਟੀਫੁਲੀ ਹੁੰਦਾ ਹੈ ਇੰਨਾ ਸਭ ਕੁਝ ਇੰਨਾ ਸਟਰੋਂਗਲੀ ਟੈਕਨੀਕਲੀ ਇੰਨਾ ਸਟਰੋਂਗਲੀ ਸ਼ੂਟ ਹੁੰਦਾ ਹੈ ਕਿ ਉਹਦੀ ਇੱਕ ਇੱਕ ਮਾਈਨਰ ਮਾਈਨਰ ਜਿਹੜੀ ਖੂਬਸੂਰਤੀ ਹੁੰਦੀ ਹੈ ਜਿਹੜੇ ਆਪਾਂ ਜਿਹੜੇ ਵੀ ਕੋਈ ਕਿਥੇ ਵੀ ਪਿੰਡ ਚਲ ਜਿਓ ਯਾਰ ਕਿਸੇ ਵੀ ਸ਼ਹਿਰ ਚਲ ਜਿਓ ਪੰਜਾਬ ਚ ਉਹਦੀ ਮਾਈਨੂਟ ਡੀਟੇਲਸ ਜਿਹੜੀ ਬਿਊਟੀ ਹੁੰਦੀ ਹੈ ਆਈ ਥਿੰਕ ਹੁਣ ਉਹ ਵੀ ਮਤਲਬ ਆਪਾਂ ਐਕਸਪਲੋਰ ਕਰਦੇ ਆ ਹਿੰਦੀ ਫਿਲਮਾਂ ਆਫਕੋਰਸ ਹਿੰਦੀ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਚ ਵੀ ਕਾਫੀ ਬ੍ਰੈਕਟਸ ਹੁੰਦੀਆਂ ਨੇ ਕਈ ਹੁੰਦੀਆਂ ਨੇ ਜਿਹੜੀ ਬਲੀ ਲਾਰਜਰ ਥੈਨ ਲਾਈਫ ਇੱਕਦਮੀ ਓਵਰ ਮਤਲਬ ਇੱਕ ਅਲੱਗ ਦੁਨੀਆ ਚ ਤੁਹਾਨੂੰ ਲਿਆ ਜਾਂਦੇ ਆ ਏ ਦ ਸੇਮ ਟਾਈਮ ਔਰ ਰੀਅਲਿਸਟਿਕ ਫਿਲਮਾਂ ਵੀ ਬਣਦੀਆਂ ਨੇ ਤੇ ਜਿੱਦਾਂ ਗੱਲ ਕਰੀਏ ਬਜਟ ਦੀ ਆਈ ਥਿੰਕ ਪਹਿਲਾਂ ਜਿਹੜਾ ਬਜਟ ਹੁੰਦਾ ਸੀਗਾ ਪੰਜਾਬੀ ਫਿਲਮ ਦਾ ਉਹ ਬਹੁਤ ਹੀ ਜ਼ਿਆਦਾ ਲਿਮਿਟਿਡ ਜਿਹਾ ਹੁੰਦਾ ਸੀਗਾ ਤੇ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਜਿਹੜੀ ਇੱਕ ਨਾਰਮਲ ਹਿੰਦੀ ਫਿਲਮ ਦਾ ਬਜਟ ਹੁੰਦਾ ਉਸ ਤੋਂ ਵੱਧ ਵੀ ਪੰਜਾਬੀ ਫਿਲਮਾਂ ਦੇ ਬਜਟ ਹੁੰਦੇ ਆ ਹੁਣ ਤੁਸੀਂ ਕਾਫੀ ਕਾਫੀ ਫਿਲਮਾਂ ਜਦੋਂ ਆਪਾਂ ਦੇਖਦੇ ਆ ਐਜ਼ ਅ ਇਨਸਾਈਡਰ ਐਜ਼ ਅ ਬੇਸਿਕਲੀ ਆਪਣਾ ਜਿਹਾ ਐਕਟਰ ਆਪਾਂ ਖੁਦ ਫਿਲਮਾਂ ਬਣਾਉਂਦੇ ਆਪਾਂ ਖੁਦ ਉੱਤੇ ਸ਼ੂਟਿੰਗ ਤੇ ਜਾਂਦੇ ਸਾਨੂੰ ਪਤਾ ਲੱਗਦਾ ਉਹ ਯਾਰ ਇਹ ਕਿੰਨਾ ਮਹਿੰਗਾ ਸੌਂਗ ਆ ਜਾਂ ਫਿਰ ਇਹ ਕਿੰਨਾ ਮਹਿੰਗਾ ਸੀਨ ਹੋਣਾ ਹੈ ਉਹ ਪਤਾ ਲੋਕੇਸ਼ਨ ਕਿੰਨੀ ਮਹਿੰਗੀ ਹੋਣੀ ਆ ਉਹਦੀ ਫਲਾਨਾ ਫਲਾਨਾ ਕੈਮਰਾ ਕਿੰਨੇ ਵਧੀਆ ਲੱਗੇ ਹੋਏ ਆ ਸਭ ਕੁਝ ਆ ਤੇ ਆਪ ਆਪੇ ਹੀ ਮਤਲਬ ਹਿਸਾਬ ਸਮਝ ਆ ਜਾਂਦਾ ਕਿੰਨਾ ਹੋਊਗਾ ਤੇ ਆਈ ਥਿੰਕ ਐਈ ਵਿਸ਼ਵਾਸ ਸੀ ਭਾਜੀ ਇਹ ਆਪਣਾ ਇਹ ਆਪਣੇ ਦਰਸ਼ਕਾਂ ਦਾ ਪਿਆਰ ਹੀ ਹੈ ਜਿਹੜੇ ਪੰਜਾਬੀ ਸਿਨੇਮਾ ਨੂੰ ਇੰਨੇ ਇਨਾ ਐਕਸਪਲੋਰ ਕਰਕੇ ਤੇ ਇਨਾ ਪਿਆਰ ਦੇ ਰਹੇ ਨੇ ਤੇ ਬਾਰ-ਬਾਰ ਜਿਹੜੀ ਵੀ ਫਿਲਮਾਂ ਆ ਰਹੀਆਂ ਜਿਹੜੀ ਵਧੀਆ ਫਿਲਮਾਂ ਆ ਰਹੀਆਂ ਉਹਨਾਂ ਨੂੰ ਸਹਾਰ ਰਹੇ ਨੇ ਆਈ ਥਿੰਕ ਜੇ ਇਦਾਂ ਹੀ ਚੱਲਦਾ ਰਿਹਾ ਤੇ ਆਪਣਾ ਵੀ ਜਿੱਦਾਂ ਸਾਊਥ 'ਚ ਹੁੰਦੀ ਆ 100-100 ਕਰੋੜ ਦੀ ਫਿਲਮ ਹੀ ਬਣਦੀ ਆਈ ਥਿੰਕ ਪੰਜਾਬ ਵੀ ਫਿਰ ਦੂਰ ਨਹੀਂ ਰਹੂਗਾ ਚਲੋ ਜੀ ਬਹੁਤ ਅਸੀਂ ਤੁਹਾਡੀ ਇਸ ਗੱਲ ਤੋਂ ਉਪਰ ਭਾਵਤਾਂ ਕਿ ਪੰਜਾਬੀ ਸਿਨੇਮਾ ਲਗਾਤਾਰ ਤਰੱਕੀ ਕਰੇ ਸਾਡੇ ਵੀ ਦਿਲ ਦੀ ਇਹੀ ਤਮੰਨਾ ਹੈ ਤੇ ਅਦਾਰਾ ਅਜੀਤ ਵੀ ਹਮੇਸ਼ਾ ਪੰਜਾਬੀ ਫਿਲਮਾਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਉਂਦਾ ਹੈ ਅਨਿਲ ਜੁਨੇਜਾ ਜੀ ਤੁਹਾਡੇ ਨਾਲ ਮੈਂ ਸਵਾਲ ਸਾਂਝਾ ਕਰਨਾ ਚਾਹੂੰਗਾ ਕਿ ਫਿਲਮ ਦਾ ਟਾਈਟਲ ਹੈ ਯਾਰਾਂ ਦਾ ਕੈਚ-ਅਪ ਮੈਂ ਇਹ ਤਾਂ ਸਮਝ ਗਿਆ ਵੀ ਯਾਰਾਂ ਦੀ ਯਾਰੀ ਦੀ ਗੱਲ ਹੋਊਗੀ ਪਰ ਦੋਸਤੀ ਦੇ ਵਿੱਚ ਕੈਚ-ਅਪ ਕਿੱਥੋਂ ਆ ਗਿਆ ਇਹ ਕੈਚ-ਅਪ ਵੀ ਬੜਾ ਇੰਟਰਸਟਿੰਗ ਹੈ ਜੀ ਦੇਖੋ ਤਿੰਨ ਦੋਸਤ ਸੌਂ ਖੰਦੇ ਆ ਵੀ ਅਸੀਂ 7 ਸਾਲ ਬਾਅਦ ਕੈਚ-ਅਪ ਕਰਨਾ ਕੈਚ-ਅਪ ਮਤਲਬ ਮਿਲਣਾ ਹੈ ਅਸੀਂ ਅੱਛਾ ਤੇ ਉਹ ਜਦੋਂ ਕੈਚ-ਅਪ ਕਰਦੇ ਨੇ 7 ਸਾਲ ਬਾਅਦ ਉਹ ਕਿਵੇਂ ਟਮੇਟੋ ਕੈਚ-ਅਪ ਦੇ ਵਿੱਚ ਕਨਵਰਟ ਹੋ ਜਾਂਦਾ ਅੱਛਾ ਜੀ ਕਿਉਂਕਿ ਇਹ ਤਾਂ ਹੁਣ ਤੁਸੀਂ ਯਾਰਾਂ ਦਾ ਕੈਚ-ਅਪ ਦੇਖੋਗੇ ਮੈਂ ਜ਼ਿਆਦਾ ਤੁਹਾਨੂੰ ਐਕਸਪਲੇਨ ਕਰੂੰਗਾ ਤਾਂ ਤੁਹਾਨੂੰ ਮਜ਼ਾ ਖਰਾਬ ਹੋ ਜਾਏਗਾ ਜਿਹੜਾ ਉਹ ਅਸੀਂ ਕੈਚ-ਅਪ ਬਣਾਇਆ ਨਾ ਉਹ ਤੁਸੀਂ ਇੰਜੋਏ ਨਹੀਂ ਕਰ पाओगे ਬਿਲਕੁਲ ਵੈਸੇ ਵੀ ਸਿਆਣੇ ਕਹਿੰਦੇ ਆ ਕਿ ਕੁਝ ਗੱਲਾਂ ਚਿੰਗਮ ਵਰਗੀਆਂ ਹੁੰਦੀਆਂ ਮੂੰਹ 'ਚ ਰੱਖੀਏ ਤਾਂ ਹੀ ਸਵਾਦ ਦਿੰਦੀਆਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਜੀ ਤੇ ਯਾਰਾਂ ਦਾ ਕੈਚ-ਅਪ ਜਿਹੜਾ ਟਾਈਟਲ ਹੈ ਉਹਦਾ ਇਹੀ ਮਕਸਦ ਹੈ ਬਟ ਡੈਫੀਨਿਟਲੀ ਜਿਵੇਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਿਲਮ ਯਾਰੀ ਦੇ ਉੱਪਰ ਹੈਗੀ ਹੈ ਹੂੰ ਤੇ ਬੜਾ ਇਹਦੇ ਵਿੱਚ ਦੋਸਤਾਂ ਦੇ ਬੜੇ ਬਿਊਟੀਫੁਲੀ ਬੜੇ ਇਮੋਸ਼ਨਸ ਉਹਨਾਂ ਦੇ ਪ੍ਰেজেন্ট ਕੀਤੇ ਨੇ ਬੜੇ ਅੱਛੇ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਹੈ ਫਿਲਮ ਦੇ ਵਿੱਚ ਤੇ ਇਸ ਤੋਂ ਇਲਾਵਾ ਮੈਂ ਕਹਾਂਗਾ ਕਿ ਕਾਮੇਡੀ ਕਿਉਂਕਿ ਸਾਡੇ ਕੋਲ ਹੁਣੇ ਆਪਾਂ ਗੱਲ ਕਰ ਰਹੇ ਸੀ ਕਿ ਪੱਲਾ ਜੀ ਦੀ ਬੀ ਐਨ ਸ਼ਰਮਾ ਜੀ ਦੀ ਰਾਨਾ ਰਣਬੀਰ ਜੀ ਵਿਜੇ ਟੰਡਨ ਜੀ ਕਾਮੇਡੀ ਕਿੰਗ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਪੰਜਾਬੀ ਇੰਡਸਟਰੀ ਦੇ ਉਹ ਹੈਗੇ ਨੇ ਕਮਾਲ ਦੀ ਕਾਮੇਡੀਆ ਫਿਲਮ ਦੇ ਵਿੱਚ ਦੈਨ ਐਕਸ਼ਨ ਦੀ ਆਪਾਂ ਗੱਲ ਕੀਤੀ ਹੈ ਬਹੁਤ ਮੇਰੇ ਖਿਆਲ ਇਹ ਐਕਸ਼ਨ ਵੀ ਜਿਹੜਾ ਅਸੀਂ ਫਿਲਮ ਦੇ ਵਿੱਚ ਕਰ ਰਹੇ ਹਾਂ ਪਹਿਲੀ ਵਾਰੀ ਹੋ ਰਿਹਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦਾ ਐਕਸ਼ਨ ਇਹਦੇ ਫਿਲਮ ਦੇ ਵਾਸਤੇ ਮੈਂ ਪ੍ਰੋਪਰ 8 ਪੈਕ ਐਪਸ ਬਣਾਏ ਅੱਛਾ ਜੀ 6 ਮਹੀਨੇ ਮੇਰੇ ਖਿਆਲ ਸਾਢੇ 3 ਤੋਂ 4 ਘੰਟੇ ਦੀ ਮੇਰਾ ਵਰਕਆਊਟ ਹੁੰਦਾ ਸੀਗਾ ਤੇ ਬਹੁਤ ਜ਼ਿਆਦਾ ਡਾਈਟਿੰਗ ਕੀਤੀ ਤੇ ਐਕਸ਼ਨ ਕਮਾਲ ਦਾ ਹੈ 100% ਦਿੱਤਾ ਹੈ ਦੇ ਚਾ ਆਪਣਾ ਸਾਰਿਆਂ ਨੇ ਦੇ ਉਸ ਤੋਂ ਬਾਅਦ 뮤ਜ਼ਿਕ ਦੀ ਗੱਲ ਕਰੀਏ ਤਾਂ ਹਾਰਦੀ ਸੰਤੂ ਜੀ ਦੇ ਦੋ ਗਾਣੇ ਨੇ ਇਹਦੇ ਵਿੱਚ ਤੇ ਅਲੀਸ਼ਾ ਚਨਾਇਆ ਉਹਨਾਂ ਦਾ ਉਹ ਵੀ ਮੇਰੇ ਖਿਆਲ ਡੈਬਿਊ ਕੀਤਾ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪਹਿਲਾ ਗਾਣਾ ਆਇਆ ਉਹਨਾਂ ਦਾ ਲਬ ਜੰਜੂਆ ਜਿਹਦਾ ਗਾਣਾ ਹੈ ਉਸ ਵਕ ਗੁਰਨਜ਼ਰ ਬੜੀ ਕਮਾਲ ਦੀ ਆਵਾਜ਼ਾ ਮੁੰਡੇ ਦੀ ਉਹਦੇ ਚਾਰ ਸੌਂਗ ਨੇ ਜੀ ਸਿਕਸ ਪੈਕ ਐਪ ਤਾਂ ਮੈਂ ਸੁਣਿਆ ਸੀ 8 ਪੈਕ ਐਪ ਹੈ ਜਿਹੜਾ ਤੁਸੀਂ ਬਣਾਏ ਇਹ ਪੰਜਾਬੀ ਫਿਲਮ ਦੇ ਵਿੱਚ ਮੇਰੇ ਖਿਆਲ ਪਹਿਲੀ ਵਾਰ ਹੋਇਆ ਹੋਣਾ ਜੀ ਇਹ ਪਹਿਲੀ ਵਾਰੀ ਹੋਇਆ ਮੇਰੀ ਜਦੋਂ ਮੈਨੂੰ ਇਹ ਰੋਲ ਆਫਰ ਕੀਤਾ ਗਿਆ ਸੀਗਾ ਦੇ 6 ਪੈਕ ਐਪਸ ਦਾ ਮੇਰੇ ਸੀਗੇ ਉਸ ਤੋਂ ਬਾਅਦ ਮੈਂ 6 ਮਹੀਨੇ ਦਾ ਟਾਈਮ ਲਗਾ ਕੇ 6 ਤੋਂ 8 ਤੱਕ ਲੈ ਕੇ ਆਇਆ ਮਨਪਾਜੀ ਮੈਂ ਨਾ ਰਿਕਾਰਡ ਬ੍ਰੇਕ ਕਰਨਾ ਮੈਂ 10 ਬਣਾਨੇ ਹਾਂ ਚਲੋ ਚਾਹ ਬਤਾ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ 12 ਬਣਾਓ ਤੇ ਮੈਂ ਵੈਸੇ ਮੇਰੇ ਇੱਕ ਯਾਦ ਆ ਗਈ ਗੱਲ ਚੁਟਕਲੇ ਦੇ ਰੂਪ ਦੇ ਵਿੱਚ ਆ ਇੱਕ ਵਾਰੀ ਇੱਕ ਭਾਰੇ ਸਰੀਰ ਵਾਲਾ ਸੀ ਬੰਦਾ ਉਹਦੀ ਘਰ ਵਾਲੀ ਕਹਿੰਦੀ ਵੀ ਤੂੰ ਵੀ ਕੋਈ ਨਾ ਕੋਈ 6 ਪੈਕ ਐ ਬਣਾ ਲਾ ਕਹਿੰਦਾ ਮੈਨੂੰ ਉਦਾਂ ਬਥੇਰੇ ਆ ਬਹਿ ਗਿਆ ਖੈ ਹਾੜੀ ਜੀ ਤੁਸੀਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਪਹਿਲੀ ਫਿਲਮ ਕੀਤੀ ਹੈ ਹਾਂਜੀ ਇਹਨਾਂ ਨੇ ਦੱਸਿਆ ਜਿਵੇਂ ਅਨਿਲ ਜੀ ਨੇ ਵਰਣ ਜੀ ਨੇ ਦੱਸਿਆ ਫਿਲਮ ਦੇ ਬਾਬਤ ਭੱਲਾ ਜੀ ਦੇ ਨਾਲ ਜਾਂ ਹੋਰ ਕਾਮੇਡੀ ਆਰਟਿਸਟਾਂ ਦੇ ਨਾਲ ਜਿਨ੍ਹਾਂ ਦਾ ਪੰਜਾਬੀ ਹਾਸ ਰਸ ਅਦਾਕਾਰੀ ਦੇ ਵਿੱਚ ਬੜਾ ਉੱਚਾ ਯੋਗਦਾਨ ਹੈ ਉਹਨਾਂ ਦੇ ਨਾਲ ਕੰਮ ਕਾਜ ਕਰਕੇ ਤੁਹਾਨੂੰ ਕੀ ਹੋ ਜਾ ਮਹਿਸੂਸ ਹੋਇਆ ਇਹਨੇ ਵੱਡੇ ਦਿਗਜਾਂ ਨਾਲ ਜਦੋਂ ਆਪਾਂ ਕੰਮ ਕਰਦੇ ਐਕਸਪੀਰੀਅੰਸ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਹੁਣ ਉਹਨਾਂ ਦੇ ਜਦੋਂ ਉਹ ਕੁਝ ਕਾਮੇਡੀ ਪੰਚੇਸ ਮਾਰਦੇ ਨੇ ਤਾਂ ਉਹਨਾਂ ਦੀ ਟਾਈਮਿੰਗ ਬਹੁਤ ਪਰਫੈਕਟ ਹੁੰਦੀ ਹੈ ਤੇ ਉਹ ਮੈਨੂੰ ਵੀ ਦੱਸਦੇ ਹੁੰਦੇ ਸੀ ਇਨਫੈਕਟ ਸਾਰਿਆਂ ਨੂੰ ਦੱਸਦੇ ਹੁੰਦੇ ਸੀ ਕਿ ਜਿਹੜਾ ਡਾਇਲੌਗ ਦੇ ਵਿੱਚ ਡਾਇਲੌਗ ਬੋਲ ਰਹੇ ਹਾਂ ਤੇ ਕਿਹੜੇ ਵਰਡ ਤੇ ਕਿਵੇਂ ਤੁਸੀਂ ਸਟ्रेस ਪਾ ਕੇ ਬੋਲਣਾ ਤਾਂ ਕਿ ਉਹ ਪੰਚ ਦੇ ਵਿੱਚ ਪਾਰਾ ਜਾ। ਮਤਲਬ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਪੱਲਾ ਜੀ ਨੂੰ ਮੈਂ ਪਹਿਲਾਂ ਵੀ ਮੇਰੇ ਐਕਚੁਅਲੀ ਮੇਰੇ ਫਾਦਰ ਸਾਹਿਬ ਦੀ ਮੈਰਿਜ ਤੇ ਵੀ ਪੱਲਾ ਜੀ ਆਏ ਸੀਗੇ ਉਹ ਵਾਪਸ ਫ੍ਰੈਂਜ ਜੇ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਈਵਨ ਕਿ ਰਾਣਾ ਰਣਬੀਰ ਜੀ ਬਹੁਤ ਉਹ ਵੀ ਵਰਸਟਾਈਲ ਐਕਟਰ ਨੇ ਵੀਨ ਚਰਮਾ ਜੀ ਉਹ ਵੀ ਬਹੁਤ ਵਰਸਟਾਈਲ ਐਕਟਰ ਨੇ ਬਹੁਤ ਹੈਲਪ ਕਰਦੇ ਨੇ ਬਹੁਤ ਬਹੁਤ ਵਧੀਆ ਐਕਸਪੀਰੀਅੰਸ ਸੀ ਤੇ ਇਸ ਫਿਲਮ ਦੀ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਸਾਰੀ ਪੰਜਾਬ ਦੇ ਵਿੱਚ ਹੋਈ ਹੈ ਜਾਂ ਪੰਜਾਬੋਂ ਬਾਹਰ ਹੋਰ ਖੇਤਰਾਂ ਦੇ ਵਿੱਚ ਇਹਦੀ ਜਿਹੜੀ 25% ਸ਼ੂਟ ਆ ਉਹ ਚੰਡੀਗੜ੍ਹ ਪੰਚਕੁਲਾ ਤੇ ਸ਼ਿਮਲਾ ਹਾਈਵੇ ਤੇ ਹੋਈ ਹੈ ਜੀ ਤੇ ਜਿਹੜੀ ਬਾਕੀ 75% ਆ ਉਹ THAILAND ਵਿੱਚ ਸ਼ੂਟ ਹੋਈ ਹੈ ਅੱਛਾ ਜੀ THAILAND ਬੈਂਕਾਕ ਪਤਾਇਆ ਤੇ ਉੱਥੇ ਇੱਕ ਹੋਰ ਬਹੁਤ ਸੋਹਣੀ ਜਗ੍ਹਾ ਮੀਮੋਸਾ ਉਹਨੂੰ ਸਿਟੀ ਆਫ ਲਵ ਕਹਿੰਦੇ ਨੇ ਅੱਛਾ ਜੀ ਉਤੇ ਸ਼ੂਟ ਹੋ ਗਿਆ ਚਲੋ ਵਧੀਆ ਗੱਲ ਹੈ ਜੀ ਅਸੀਂ ਚਾਹੁੰਦੇ ਹਾਂ ਸਿਟੀ ਆਫ ਲਵ ਦੇ ਵਿੱਚ ਤੁਹਾਡੀ ਫਿਲਮ ਬਣੀ ਹੈ ਤੇ ਇਸ ਫਿਲਮ ਨੂੰ ਵੀ ਦਰਸ਼ਕਾਂ ਦਾ ਲਵ ਮਿਲੇ ਪਿਆਰ ਮਿਲੇ ਮੁਹੱਬਤ ਮਿਲੇ ਤੁਹਾਡੀ ਜਿਹੜੀ ਫਿਲਮ ਹੈ ਨਵੇਂ ਕੀਰਤੀਮਾਨ ਸਥਾਪਿਤ ਕਰੇ ਅਨਿਲ ਜੀ ਜੀ ਕਲਾਕਾਰ ਤਾਂ ਅਕਸਰ ਸਾਹਮਣੇ ਆ ਕੇ ਆਪਣੀ ਪੇਸ਼ਕਾਰੀ ਕਰ ਜਾਂਦੇ ਆ ਹੀਰੋ ਨੇ ਕੰਮ ਕੀਤਾ ਹੀਰੋਇਨ ਨੇ ਕੰਮ ਕੀਤਾ ਹਾਸ ਰਸ ਕਲਾਕਾਰਾਂ ਨੇ ਕੰਮ ਕੀਤਾ ਪਰ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਇੱਕ ਡਾਇਰੈਕਟਰ ਸਾਹਿਬਾਨ ਵੀ ਹੁੰਦੇ ਆ ਮੈਂ ਅਕਸਰ ਸੋਚਦਾ ਕਿ ਉਹ ਤਾਂ ਗੱਡੀ ਦੇ ਇੰਜਨ ਹੁੰਦੇ ਆ ਜੇ ਇੰਜਣ ਦਾ ਸਹੀ ਚੱਲੇ ਤਾਂ ਫਿਰ ਡੱਬੇ ਕਿਵੇਂ ਚੱਲਣਗੇ ਤੁਸੀਂ ਆਪਣੀ ਫਿਲਮ ਦੇ ਜਿਹੜੇ ਪਰਦੇ ਪਿਛਲੇ ਅਦਾਕਾਰ ਨੇ ਫਿਲਮ ਦੀ ਕਹਾਣੀ ਕਿਨੇ ਲਿਖੀ ਸਕਰੀਨ ਪਲੇ ਕਿਸ ਦਾ ਏ ਡਾਇਰੈਕਟਰ ਕੌਣ ਨੇ ਪ੍ਰੋਡਿਊਸਰ ਕੌਣ ਨੇ ਇਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਜ਼ਰੂਰ ਜੀ ਸਟਾਰਟ ਕਰਦੇ ਆਪਾਂ ਰਾਈਟਰ ਤੋਂ ਫਿਲਮ ਲਿਖੀ ਹੈ ਰੁਬੀਨਾ ਜੀ ਨੇ ਜੀ ਤੇ ਡਾਇਰੈਕਟਰ ਨੇ ਮਿਸਟਰ ਅਭਿਵੇਜੂ ਛਾਵੜਾ ਜੀ ਐਂਡ ਪ੍ਰੋਡਿਊਸਰ ਨੇ ਵਿਕਰਮ ਬੰਸਲ ਜੀ ਹੂੰ ਡਾਇਰੈਕਟਰ ਸਾਹਿਬ ਬਾਰੇ ਤੇ ਪ੍ਰੋਡਿਊਸਰ ਸਾਹਿਬ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਆਪਾਂ ਟਾਈਟਲ ਦੀ ਗੱਲ ਕਰ ਰਹੇ ਸੀ ਫਿਲਮ ਦੀ ਜੀ ਇਹ ਜਿਹੜਾ ਟਾਈਟਲ ਹੈ ਇਹ ਨਾ ਤਾਂ ਰਾਈਟਰ ਵੱਲੋਂ ਆਇਆ ਤੇ ਨਾ ਹੀ ਡਾਇਰੈਕਟਰ ਸਾਹਿਬ ਵੱਲੋਂ ਆਇਆ ਇਹ ਆਇਆ ਪ੍ਰੋਡਿਊਸਰ ਵੱਲੋਂ ਅੱਛਾ ਜੀ ਉਹਨਾਂ ਨੂੰ ਮਤਲਬ ਆਪਾਂ ਇਹ ਕਹੀਏ ਵੀ ਉਹਨਾਂ ਨੇ ਇਹਨੂੰ ਬਿਜ਼ਨਸ ਦੀ ਤਰ੍ਹਾਂ ਨਹੀਂ ਲਿਆ ਉਹਨਾਂ ਨੂੰ ਇਹਦਾ ਸ਼ੌਂਕ ਸੀ ਇਹ ਸਾਰੇ ਬੰਦੇ ਜਿਹੜੇ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਉਹ ਸਭ ਇਸ ਕਰਕੇ ਜੁੜੇ ਨੇ ਕਿਉਂਕਿ ਇਹ ਉਹਨਾਂ ਦਾ ਪੈਸ਼ਨ ਹੈ ਉਹਨਾਂ ਨੇ ਇਹ ਟ੍ਰਾਈ ਜਿਹੜਾ ਟਾਈਟਲ ਹੈ ਉਹਨਾਂ ਨੇ ਸੁਜੈਸਟ ਕੀਤਾ ਸੀ ਵਿਕਰਮ ਬੰਸਲ ਜੀ ਨੇ ਤੇ ਮੇਰੇ ਖਿਆਲ ਸ਼ੂਟ ਦੇ ਵਿੱਚ ਕੋਈ ਦਿਨ ਹੋਏਗਾ ਜਦੋਂ ਉਹ ਸਾਡੇ ਤੋਂ ਵੱਖ ਹੁੰਦੇ ਹੋਣਗੇ ਜਾਂ ਕਿਸੇ ਹੋਰ ਕੰਮ ਚ ਬਿਜ਼ੀ ਹੋਣ ਉਹ ਸਾਰਾ ਟਾਈਮ ਸ਼ੂਟ ਚ ਸਾਡੀ ਸਪੋਰਟ ਕਰਦੇ ਸੀ ਸਾਡੇ ਨਾਲ ਹੁੰਦੇ ਸੀਗੇ ਤੇ ਐਵੇਂ ਜੇ ਆਪਾਂ ਗੱਲ ਕਰੀਏ ਤਾਂ ਡਾਇਰੈਕਟਰ ਸਾਹਿਬ ਦੀ ਉਹਨਾਂ ਨੇ ਵੀ ਮੇਰੇ ਖਿਆਲ ਸਾਨੂੰ ਡਾਇਰੈਕਟਰ ਘੜ ਤੇ ਵੱਡੇ ਭਰਾ ਦੀ ਤਰ੍ਹਾਂ ਟ੍ਰੀਟ ਕੀਤਾ ਉਹਨਾਂ ਨੇ ਜੀ ਤੇ ਬਹੁਤ ਸਪੋਰਟ ਮਿਲੀ ਉਹਨਾਂ ਦੀ ਹੂੰ ਤੇ ਪਹਿਲੀ ਫਿਲਮ ਸੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਸੋਖਾ ਨਿਕਲ ਗਿਆ ਜੇ ਇਹਨਾਂ ਦਾ ਪਿਆਰ ਨਹੀਂ ਮਿਲਦਾ ਇਹਨਾਂ ਦੀ ਸਪੋਰਟ ਨਹੀਂ ਮਿਲਦੀ ਤਾਂ ਫਿਰ ਸ਼ਾਇਦ ਅਸੀਂ ਉਹਨਾਂ ਅੱਛਾ ਆਵਦਾ ਆਉਟਪੁੱਟ ਨਹੀਂ ਕਰ ਪੰਦੇ ਵਰਣ ਜੀ ਬੇਨਤੀ ਹੈ ਕਿ ਇਸ ਫਿਲਮ ਦੇ ਵਿੱਚ ਹੋਰ ਵੀ ਕਈ ਇਹੋ ਜਿਹੇ ਪੱਖ ਹੋਣਗੇ ਜਿਨ੍ਹਾਂ ਦੇ ਬਾਰੇ ਦਰਸ਼ਕ ਸ਼ਾਇਦ ਉਸ 2 2.5 ਘੰਟੇ ਦੀ ਫਿਲਮ ਜੋ ਅਸੀਂ ਪਰਦੇ ਤੇ ਦੇਖਦੇ ਆ ਉਹਦੇ ਬਾਰੇ ਨਾ ਜਾਣ ਸਕਣ ਅਸੀਂ ਚਾਹੁੰਦੇ ਹਾਂ ਕਿ ਸੈਟ ਦੇ ਉੱਤੇ ਕੀ ਹਾਸਾ ਮਜ਼ਾਕ ਚੱਲਦਾ ਸੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਓ ਤੇ ਇੱਕ ਅੱਜਕੱਲ੍ਹ ਦੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ ਜ਼ਿਆਦਾਤਰ ਉਹ ਕਾਮੇਡੀ ਦੇ ਉੱਤੇ ਆਧਾਰਿਤ ਨੇ ਜਾਂ ਕੌਲਜੀਅਟ ਜ਼ਿੰਦਗੀ ਦੇ ਉੱਤੇ ਬਣਦੀਆਂ ਨੇ ਤੁਸੀਂ ਕੀ ਮੰਨਦੇ ਹੋ ਕਿ ਪੰਜਾਬੀ ਸਿਨੇਮੇ ਦੇ ਵਿੱਚ ਇਹੀ ਲਗਾਤਾਰਤਾ ਬਰਕਰਾਰ ਰਹਿਣੀ ਚਾਹੀਦੀ ਹੈ ਜਾਂ ਸੰਜੀਦਾ ਵਿਸ਼ਿਆਂ ਦੀ ਗੱਲ ਵੀ ਹੋਣੀ ਚਾਹੀਦੀ ਹੈ ਭਾਈ ਆਈ ਥਿੰਕ ਬਹੁਤ ਜ਼ਿਆਦਾ ਆਪਣਾ ਕੀ ਕਹਿੰਦੇ ਆ ਵੇਰੀਏਸ਼ਨਸ ਹੈਗੀਆਂ ਨੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਔਰ ਸਿਰਫ ਆਪਣਾ ਕਾਮੇਡੀ ਫਿਲਮਾਂ ਹੀ ਬਣਦੀਆਂ ਆ ਪੰਜਾਬ 'ਚ ਫਿਲਮ ਆ ਜੀ ਸਾਡਾ ਹੱਕ ਉਹ ਬਹੁਤ ਅਲੱਗ ਸਬਜੈਕਟ ਸੇਗਾ 1984 ਉੱਚ ਵੀ ਇੱਕਦਮ ਅਲੱਗ ਸਬਜੈਕਟ ਹੈਗਾ ਉਸ ਤੋਂ ਬਾਅਦ ਜਟਨ ਜੁਲੀਅਟ ਉਹ ਕਾਮੇਡੀ ਹੈਗੀ ਆ ਇੱਕਦਮ ਵੇਰੀਏਟਿਡ ਹੈਗਾ ਕੈਰੀਓਨ ਜੱਟਾ ਉਹ ਇੱਕਦਮ ਵਕਰੀ ਸੀਗੀ ਤਾਂ ਪੰਜਾਬੀ ਲੋਕ ਮੇਰੇ ਹਿਸਾਬ ਨਾਲ ਕੀ ਹੁੰਦਾ ਆਪਾਂ ਬੜੇ ਖੁਸ਼ ਲੋਕੀ ਹੁੰਦੇ ਨੇ ਸਾਰੇ ਜਿਹੜੇ ਪੰਜਾਬੀ ਬੰਦੇ ਹੁੰਦੇ ਨੇ ਨਾ ਦਿਲ ਖੁਸ਼ ਲੋਕ ਹੁੰਦੇ ਨੇ ਆਪਾਂ ਆਪਣਾ ਹੱਸੀ ਮਜ਼ਾਕ ਆਪਣੀ ਜ਼ਿੰਦਗੀ ਚ ਬੜੇ ਖੁਸ਼ ਰਹਿੰਦੇ ਨੇ ਸਭ ਕੁਝ ਕਹਿੰਦੇ ਨੇ ਤਾਂ ਆਪਾਂ ਆਈ ਥਿੰਕ ਮੇਰੇ ਹਿਸਾਬ ਨਾਲ ਪਰਸਨਲ ਮੇਰਾ ਇਹ ਮੰਨਣਾ ਹੈ ਕਿ ਜਦੋਂ ਆਪਾਂ ਕੋਈ ਵੀ ਫਿਲਮ ਦੇਖਣ ਜਾਂਦੇ ਆ ਜਾਂ ਤੇ ਮੈਂ ਕਿਉਂ ਫਿਲਮ ਦੇਖਣ ਜਾਊਂਗਾ ਮੈਂ ਦੇਖਣ ਜਾਊਂਗਾ ਤਾਂ ਕਿ ਮੈਂ ਹੱਸ ਸਕੂ ਮੇਰੇ ਮੈਂ ਆਪਣੇ ਪਰਿਵਾਰ ਦੇ ਨਾਲ ਵਾਪਸ ਜਦੋਂ ਆਉਂ ਮੇਰਾ ਇੱਕਦਮ ਮਨ ਖੁਸ਼ ਹੋਵੇ ਆਪਾਂ ਵਧੀਆ ਰੋਟੀ ਖਾਈ ਆਪਾਂ ਨਾਲੇ ਉਸ ਤੋਂ ਬਾਅਦ ਅਗਲੇ ਦਿਨ ਇੱਕਦਮ ਫਰੈਸ਼ ਹੋ ਕੇ ਕੰਮਤੇ ਜਾਈਏ ਸਭ ਕੁਝ ਕਰੀਏ ਤੇ ਐਟ ਦ ਸੇਮ ਟਾਈਮ ਆਫਕੋਰਸ ਜਿਹੜੀ ਰੀਅਲਿਸਟਿਕ ਫਿਲਮਾਂ ਵੀ ਹੁੰਦੀਆਂ ਜਿਹੜੀ ਥੋੜੀ ਸੀਰੀਅਸ ਫਿਲਮਾਂ ਵੀ ਹੁੰਦੀ ਉਹ ਵੀ ਆਫਕੋਰਸ ਬਣਨੀ ਚਾਹੀਦੀ ਹੈ ਨਾ ਕਿਉਂਕਿ ਵਰਨਾ ਸਾਰੀ ਪੂਰੀ ਜ਼ਿੰਦਗੀ ਆਪਾਂ ਹੱਸਦੇ ਨਹੀਂ ਰਹਿ ਸਕਦੇ ਸਾਨੂੰ ਸਿੱਖਿਆ ਵੀ ਮਿਲਣੀ ਚਾਹੀਦੀ ਹੈ ਸਾਨੂੰ ਹੋਰ ਚੀਜ਼ਾਂ ਵੀ ਕਰਨੀ ਚਾਹੀਦੀਆਂ ਪਰ ਆਈ ਥਿੰਕ ਜ ਉਹ ਡਾਇਵਰਟ ਹੋ ਰਿਹਾ ਹੈ ਹਲਕਾ-ਪੁਲਕਾ ਜਿਹੜੇ ਹੋਰ ਸਪੀਸੀਸ ਹੈਗੇ ਆ ਕਾਮੇਡੀ ਤੋਂ ਇਲਾਵਾ ਉਹ ਐਕਸਪਲੋਰ ਹੋਣੇ ਸ਼ੁਰੂ ਹੋ ਰਿਹਾ ਤੇ ਜਿਹੜੀ ਆਡੀਅנס ਹੈਗੇ ਜਿਹੜੀ ਆਪਣੇ ਦਰਸ਼ਕ ਹੈਗੇ ਉਹ ਵੀ ਉਹਨਾਂ ਨੂੰ ਸਪੋਰਟ ਕਰ ਰਹੇ ਉਹਨਾਂ ਨੂੰ ਦੇਖ ਰਹੇ ਉਹਨਾਂ ਨੂੰ ਅੰਡਰਸਟੈਂਡ ਕਰ ਰਹੇ ਆਈ ਥਿੰਕ ਹੌਲੀ-ਹੌਲੀ ਕਰਕੇ ਭਾਜੀ ਹੋਰ 2 ਸਾਲ ਦੀ ਗੱਲ ਆ ਆਈ ਥਿੰਕ 2-3 ਸਾਲ ਦੇ ਅੰਦਰ ਜਿਹੜਾ ਪੂਰਾ ਐਕਸਪਲੋਰ ਐਕਸਪਲੋਰੇਸ਼ਨ ਹੋਣਾ ਆ ਪੂਰੇ ਜਿਹੜਾ ਸਰਫੇਸ ਦਾ ਆਈ ਥਿੰਕ ਉਹ ਹੋ ਜਾਊਗਾ ਤੇ ਬਹੁਤ ਹੀ ਅਲੱਗ-ਅਲੱਗ ਵਕ-ਵਕ ਤਰੀਕੇ ਦੀ ਗੱਲਾਂ ਮਤਲਬ ਵਕ-ਵਕਰੀ ਤੇ ਫਿਲਮਾਂ ਵਿਸ਼ੇ ਹੋ ਤੇ ਨਾਲੇ ਜੇ ਆਪਾਂ ਗੱਲ ਕਰੀਏ ਸੈੱਟ ਤੇ ਮਸਤੀ ਦੀ ਪਾ ਲਈ ਆਪਾਂ 20 ਦਿਨ ਸਗੇ THAILAND ਚ ਪਤਾ ਹੀ ਨਹੀਂ ਲੱਗਿਆ ਕਿੱਦਾਂ ਨਿਕਲ ਗਏ ਤੇ ਵਿਦਆਊਟ ਐਗਜ਼ੈਰੇਸ਼ਨ ਆਪਾਂ 18 ਘੰਟੇ ਵੀ ਸ਼ੂਟ ਕੀਤਾ ਦਿਨ ਦਾ ਆਪਾਂ 20 ਘੰਟੇ ਵੀ ਸ਼ੂਟ ਕੀਤਾ ਆਪਾਂ ਇੱਕ Song ਸ਼ੂਟ ਕਰਦੇ ਪਏ ਸੀ ਜਿਹੜਾ ਮੇਰਾ Song ਹੈਗਾ ਮੇਰਾ ਤੇ ਸ਼ਗੁੰ ਜੈਸਵਾਲ ਜਿਹੜੇ ਮੇਰੇ ਆਪੋਜ਼ਿਟ ਹੈਗੇ ਲਾਜਨ ਜੋ ਜੀ ਨਗਾ ਆਪਾਂ ਸ਼ੂਟ ਕਰਦੇ ਪਏ ਸੀਗੇ ਸਾਰੇ ਨਾ ਕੈਮਰੇ ਦੇ ਪਿੱਛੇ ਖੜੇ ਹੋ ਕੇ ਮੈਂ ਵੀ ਚੇਰਪ ਜਾ ਕਰਦੇ ਪਏ ਸੀ ਸਾਰੇ ਇੱਕਦਮ ਖੁਸ਼ ਸੀ ਕਿ ਉਹ ਮੈਂ ਮੋਸਾ ਜੀ ਕਰਦੇ ਪਏ ਸੀ ਆਪਾਂ ਸ਼ੂਟ ਤੇ ਕਰਦੇ ਕਰਦੇ ਪਤਾ ਨਹੀਂ ਮੈਨੂੰ ਬਾਰੇ ਜੋਸ਼ ਆ ਗਿਆ ਕੀ ਹੋ ਗਿਆ ਮੈਂ ਨਾ ਜੰਪ ਮਾਰ ਰਹੀ ਸੀ ਮੈਂ ਬੜੀ ਤਾਕਤ ਜੰਪ ਮਾਰਦੀ ਹੂੰ ਤਾਂ ਤਾਕਤ ਜੰਪ ਮਾਰਦੀ ਤਾਂ ਪੂਰਾ ਜਿਹੜਾ ਗੋਡਾ ਮੇਰਾ ਇਧਰੋਂ ਤੋਂ ਲੈ ਕੇ ਪੂਰਾ ਥੱਲੇ ਤੱਕ ਥੱਲੇ ਤੱਕ ਦੀ ਨਾ ਪਾਟੀ ਭਾਈ ਉਹੀ ਹੈ ਮੈਂ ਇਹਦੇ ਵਾਸਤੇ ਆ ਭਾਈ ਆ ਉਹ ਪੂਰਾ ਸਾਰਾ ਛਿੱਲ ਗਿਆ ਸੀਗਾ ਤੇ ਮੇਰੇ ਤੋਂ ਖੜਾ ਖੁੜਾ ਨਹੀਂ ਹੋਈ ਜਾ ਰਿਹਾ ਸੀ ਜੀ ਔਰ ਉਸ ਤੋਂ ਬਾਅਦ ਵੀ ਆਪਾਂ 2 ਦਿਨ ਸ਼ੂਟ ਕੀਤਾ ਲੇਕਿਨ ਇੰਨਾ ਪਿਆਰੇ ਸੀਗਾ ਇੰਨਾ ਹਸੀ ਮਜ਼ਾਕ ਹੁੰਦਾ ਸੀਗਾ ਤੇ ਪਤਾ ਹੀ ਨਹੀਂ ਚੱਲਦਾ ਸੀ ਕਦੋਂ ਪੂਰਾ ਦਿਨ ਨਿਕਲ ਜਾਂਦਾ ਸੀ ਆਪਾਂ ਵੇਟ ਕਰਦੇ ਸੀਗਾ ਆਪਾਂ ਸੌਂਦੇ ਸਿਰਫ 4-5 ਘੰਟੇ ਸੀਗੇ ਲੇਕਿਨ ਉੱਚੇ ਵੀ ਵੇਟ ਹੁੰਦੀ ਸੀ ਯਾਰ ਫਟਾਫਟ ਸਵੇਰੇ ਆਪਾਂ ਸ਼ੂਟ ਤੇ ਜਾਈਏ ਫਨ ਕਰੀਏ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਵਰਣ ਜੀ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਤੁਹਾਡੀਆਂ ਪਹਿਲੀਆਂ ਫਿਲਮਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਇਹ ਫਿਲਮ ਵੀ ਉਸੇ ਕਾਮਯਾਬੀ ਨੂੰ ਦੁਹਰਾਵੇ ਅਨਿਲ ਜੀ ਹਾਰਦੀ ਜੀ ਸਾਡੀ ਦਿਲੀ ਇੱਛਾ ਹੈ ਕਿ ਤੁਹਾਡੀ ਇਹ ਪਹਿਲੀ ਫਿਲਮ ਹੈ ਡੈਬਿਊ ਤੁਸੀਂ ਅਦਾਕਾਰੀ ਕਰ ਰਹੇ ਹੋ ਬੜਾ ਤੁਸੀਂ ਚੰਗਾ ਦੱਸਿਆ ਕਿ ਅਸੀਂ ਇਦਾਂ ਦੀ ਅਦਾਕਾਰੀ ਕੀਤੀ ਹੈ ਇਦਾਂ ਦੀ ਅਦਾਕਾਰੀ ਕੀਤੀ ਹੈ ਕਿਸੇ ਫਿਲਮ ਦੀ ਕਾਮਯਾਬੀ ਦੇ ਵਿੱਚ ਪੂਰੀ ਟੀਮ ਦਾ ਯੋਗਦਾਨ ਹੁੰਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਅਦਾਕਾਰ ਆ ਕਿਸੇ ਵੀ ਫਿਲਮ ਦੇ ਨਾਲ ਜੁੜੇ ਹੋਏ ਉਹਨਾਂ ਦੇ ਜਾਗਦੀਆਂ ਅੱਖਾਂ ਦੇ ਨਾਲ ਲੈ ਸੁਪਨੇ ਸਾਕਾਰ ਹੋਣ ਸੁੱਤੇ ਪਿਆ ਦੇ ਸੁਪਨੇ ਤਾਂ ਸਵੇਰ ਤੱਕ ਹੀ ਭੁੱਲ ਵੀ ਜਾਂਦੇ ਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ